ਹਾਂਜੀ ਸਤਿ ਸ਼੍ਰੀ ਅਕਾਲ ਐਵਰੀਵਨ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ। ਤਾਂ ਅੱਜ ਹੀ ਇੱਕ ਹੋਰ ਰੋਸਟ ਵੀਡੀਓ ਹੈ, ਪਰ ਇਹ ਕੁਛ ਇੰਟਰਵਿਊ ਟਾਈਪ ਰੋਸਟ ਹੈ। ਪਹਿਲਾਂ ਇੰਟਰਵਿਊ ਮਤਲਬ ਫਿਰ ਰੋਸਟ, ਇਹ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਆਪੇ ਸਮਝ ਆ ਜਾਏਗਾ ਜੋ ਮੈਂ ਟਾਈਟਲ ਵਗੈਰਾ ਜਾਂ ਇੰਟਰਵਿਊ ਰੋਸਟ ਕਹਿ ਰਿਹਾ। ਤਾਂ ਆਪਾਂ ਬਿਨਾਂ ਟਾਈਮ ਵੇਸਟ ਕਰਦੇ ਵੀਡੀਓ ਸਟਾਰਟ ਕਰਦੇ ਹਾਂ। ਪਹਿਲਾਂ ਮੈਂ ਦੱਸ ਦਿੰਦਾ, ਅੱਜ ਦੀ ਰੋਸਟ ਵੀਡੀਓ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਬਾਈ 'ਤੇ ਹੈ। ਪਹਿਲਾਂ ਆਪਾਂ ਵੀਡੀਓ ਸਟਾਰਟ ਕਰ ਦਿੰਦੇ ਹਾਂ, ਬਾਅਦ 'ਚੋਂ ਮੈਂ ਤੁਹਾਨੂੰ ਦੱਸਦਾ ਬਾਕੀ ਗੱਲਾਂ। ਚਲੋ ਫਿਰ ਵੀਡੀਓ ਸਟਾਰਟ ਕਰਦੇ ਹਾਂ। ਹਾਂਜੀ, ਤਾਂ ਅੱਜ ਅਸੀਂ ਇੰਟਰਵਿਊ ਲੈਣ ਲੱਗੇ ਹਾਂ ਦੋ ਮਹਾਨ ਬੰਦਿਆਂ ਦਾ। ਤਾਂ ਇਸ ਸਾਈਡ ਤੇ ਸਾਡੇ ਬੈਠੇ ਆ ਸਿੱਧੂ ਮੂਸੇਵਾਲਾ ਬਾਈ। ਹਾਂਜੀ ਪਿਆਰ ਭਾਈ, ਸਤਿ ਸ਼੍ਰੀ ਅਕਾਲ ਜੀ। ਮੈਂ ਤੇ ਇਸ ਸਾਈਡ ਤੇ ਸਾਡੇ ਬੈਠੇ ਆ ਕਰਨ ਔਜਲਾ ਬਾਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ, ਸਤਿ ਸ਼੍ਰੀ ਅਕਾਲ, ਕੀ ਹਾਲ ਨੇ? ਹਾਂਜੀ, ਤਾਂ ਇੰਟਰਵਿਊ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਸਟਾਰਟ ਕਰ ਦਿੰਦੇ ਆ। ਤਾਂ ਪਹਿਲਾ ਸਵਾਲ ਕਰਨ ਔਜਲਾ ਬਾਈ, ਤੁਹਾਡੇ ਤੋਂ ਲੋਕ ਬਹੁਤ ਪੁੱਛ ਰਹੇ ਹਨ ਕਿ ਤੁਹਾਨੂੰ ਇੰਨੇ ਬੰਦੇ ਮਾੜਾ ਬੋਲਦੇ, ਮਤਲਬ ਤੁਹਾਡਾ ਉਹਨਾਂ ਬਾਰੇ ਕੀ ਵਿਚਾਰ ਹੈ? ਗੱਡੀ ਨਾ ਮੋਟੀਵੇਸ਼ਨ ਆ ਸਾਡੇ ਲਈ, ਉਹ ਚੀਜ਼ ਅਸੀਂ ਉਹ ਚੀਜ਼ ਨੂੰ ਮੋਟੀਵੇਸ਼ਨ ਲੈ ਕੇ ਚੱਲਦੇ ਹਾਂ, ਅਸੀਂ ਉਹਨੂੰ ਹੇਠ ਲੈ ਕੇ ਨਹੀਂ ਚੱਲਦੇ। ਸੋ ਇਟਸ ਗੁੱਡ, ਜੇ ਕੋਈ ਮੇਰੇ ਬਾਰੇ ਮਾੜਾ ਬੋਲਦਾ ਤਾਂ ਮੈਂ ਉਹਨੂੰ ਕਹਿਣਾ ਬਾਈ ਜਿਉਂਦਾ ਰਹਿ, ਯੂ ਨੋ। ਇਹਨਾਂ ਨੇ ਬਹੁਤ ਪੋਜ਼ਿਟਿਵ ਥਿੰਕਿੰਗ ਰੱਖੀ ਹੈ, ਹਰ ਸਿੰਗਰ ਦੇ ਐਵੇਂ ਥਿੰਕਿੰਗ ਹੋਣੀ ਚਾਹੀਦੀ ਹੈ। ਤਾਂ ਹੁਣ ਆਪਾਂ ਸਿੱਧੂ ਮੂਸੇਵਾਲੇ ਬਾਈ ਦੇ ਵੱਲ ਬਣਦੇ ਆ। ਪਹਿਲਾਂ ਤਾਂ ਤੁਹਾਡਾ ਸਿੱਧੂ ਮੂਸੇਵਾਲਾ ਬਾਈ, ਤੁਹਾਨੂੰ ਪਤਾ ਹੀ ਹੋਏਗਾ, ਦੱਸੋ ਦੀਵਾਲੀ ਕਦੋਂ ਦੀ ਹੈ? ਹਰੇਕ ਦਿਨ ਹੀ ਦੀਵਾਲੀ ਹੈ ਜੀ। ਕੀ ਬਾਤ ਹੈ, ਕੀ ਬਾਤ ਹੈ! ਇਸੇ ਗੱਲ ਤੇ ਦਰਸ਼ਕੋ ਸਾਰੇ ਤਾਲੀਆਂ ਮਾਰ ਦਿਓ। ਤੇ ਜੇ ਤੁਹਾਨੂੰ ਅੱਜ ਤੋਂ ਬਾਅਦ ਕੋਈ ਪੁੱਛੇ ਨਾ, ਮਤਲਬ ਹੁਣ ਕਈ ਲੋਕੀ ਮੈਮਾਂ ਵਗੈਰਾ ਟੀਚਰਾਂ ਪੁੱਛਦੇ ਹੀ ਰਹਿੰਦੇ ਵੀ ਬੇਟਾ ਦੀਵਾਲੀ ਕਦੋਂ ਜਾ ਰਹੇ, ਤਾਂ ਤੁਸੀਂ ਕਹਿਣਾ ਹਰ ਦਿਨ ਦੀਵਾਲੀ ਹੈ। ਸਿੱਧੂ ਬਾਈ, ਤੁਸੀਂ ਬਹੁਤ ਵਧੀਆ ਉੱਤਰ ਦਿੱਤਾ ਹੈ। ਤਾਂ ਕੁਐਸਚਨ ਸਾਡਾ ਇਹ ਹੈ ਕਿ ਤੁਸੀਂ ਹਰ ਸਾਲ ਦੀਵਾਲੀ ਕਿਸ ਨਾਲ ਮਨਾਉਂਦੇ ਹੋ? ਦੀਵਾਲੀ ਤਾਂ ਜੀ ਬਸ ਘਰਦਿਆਂ ਨਾਲ ਹੀ ਮਨਾਈ ਦੀ ਹੈ ਵੈਸੇ ਤਾਂ। ਅਗਲਾ ਕੁਐਸਚਨ ਕਰਨ ਬਾਈ ਦੇ ਲਈ ਹੈ। ਇਹ ਲੋਕ ਦਰਸ਼ਕ ਪੁੱਛ ਰਹੇ ਆ ਕਿ ਤੁਸੀਂ ਜਿਵੇਂ ਕੋਈ ਬੰਦੇ ਨੂੰ ਦੇਖਦੇ ਹੋ, ਜਿਵੇਂ ਕੋਈ ਗਰੀਬ ਨੂੰ ਤੰਗ ਕਰ ਰਿਹਾ ਜਾਂ ਜ਼ਿਆਦਾ ਤੁਹਾਨੂੰ ਕੋਈ ਤੁਹਾਨੂੰ ਹੀ ਜ਼ਿਆਦਾ ਬਹੁਤ ਤੰਗ ਕਰ ਰਿਹਾ ਹੋਵੇ, ਜਾਂ ਤੁਸੀਂ ਕੋਈ ਦੇਖ ਲੈਂਦੇ ਹੋ ਵੀ ਅੱਜ ਕੱਲ੍ਹ ਬਹੁਤ ਕੁਛ ਹੋ ਰਿਹਾ, ਐਵੇਂ ਤੁਸੀਂ ਮਤਲਬ ਉਹ ਉਹਨਾਂ ਬੰਦਿਆਂ ਲਈ ਕੀ ਕਰਨਾ ਚਾਹੋਗੇ ਜੋ ਤੁਹਾਨੂੰ ਮਤਲਬ ਜਿਵੇਂ ਤੰਗ ਕਰਦੇ ਹਨ ਇੱਕ ਦੂਜਿਆਂ ਨੂੰ? ਹਵਾ ਵਿੱਚ ਉੱਡਦੇ ਲਫਾਫੇ ਫਿਰਦੇ ਇਕੱਠੇ ਕਰ ਫੁਕੜੇ ਆ ਯਾਰ ਨੇ। ਕੀ ਬਾਤ ਹੈ, ਮਤਲਬ ਤੁਸੀਂ ਉਹਨਾਂ ਬੰਦਿਆਂ ਨੂੰ ਮਤਲਬ ਖਤਮ ਕਰ ਦੇਣਾ ਚਾਹੁੰਦੇ ਹੋ। ਤੇ ਸਿੱਧੂ ਬਾਈ ਵਾਲੀ ਵਰਤਦੇ ਆ, ਤਾਂ ਸਿੱਧੂ ਬਾਈ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਜੋ ਮੈਂ ਹੁਣੀ ਕਰਨ ਔਜਲਾ ਬਾਈ ਤੋਂ ਕੁਐਸਚਨ ਪੁੱਛਿਆ? ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ, ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ। ਬਾਈ ਮੈਂ ਸਿਰਫ ਸੋਚਣ ਨੂੰ ਗਿਆ ਬਾਈ, ਤੁਸੀਂ ਤਾਂ ਸੀਰੀਅਸ ਲੈ ਗਏ। ਮੈਂ ਬੋਲ ਰਿਹਾ ਵੀ ਦੱਸੋ ਤੁਸੀਂ ਕੀ ਕਰੋਗੇ ਜੇ ਆਉਣ ਵਾਲੇ ਸਮੇਂ 'ਚ ਕੁਛ ਐਵੇਂ ਦਾ ਤੁਹਾਨੂੰ ਦਿਖਦਾ, ਬਾਕੀ ਜੇ ਤੁਹਾਡਾ ਮੁਕਾਬਲਾ ਕਰਾਉਣਾ ਮੈਂ ਫਿਰ ਮੈਂ ਤੁਹਾਡੀ ਨਿੰਜਾ ਬਾਈ ਨੂੰ ਬੁਲਾਵਾਂ ਉਰੇ? ਨਿੰਜਾ ਹੀ ਵੱਡਾ ਭਰਾ ਆ ਮੇਰਾ। ਅੱਛਾ, ਅਗਲਾ ਕੁਐਸਚਨ ਤੇ ਵੜਦੇ ਆ। ਚਲੋ ਆ ਜਾਓ ਦਰਸ਼ਕੋ, ਜ਼ਿਆਦਾ ਅਸੀਂ ਪੰਗੇ ਨਹੀਂ ਲਈਏ, ਠੀਕ ਆ। ਅਗਲਾ ਕੁਐਸਚਨ ਪੁੱਛਿਆ ਜਾ ਰਿਹਾ ਕਰਨ ਔਜਲਾ ਬਾਈ ਵਾਸਤੇ। ਤਾਂ ਕਰਨ ਔਜਲਾ ਬਾਈ, ਇਹ ਤੁਹਾਡੇ ਨਾਲ ਕੌਣ ਹੈ ਕਰਨ ਔਜਲਾ ਬਾਈ? ਅੱਖ ਜੇ ਕੋਈ ਰੱਖੂ ਮੇਰੀ ਜਾਨ ਦੇ ਉੱਤੇ, ਅੱਖ ਦੇ ਇਸ਼ਾਰੇ ਨਾਲ ਮੋੜਦੇ ਆ। ਯਾਰ ਤੁਸੀਂ ਦੋਨੇ ਤਾਂ ਸੀਰੀਅਸ ਲਈ ਜਾਂਦੇ ਹੋ ਯਾਰ, ਮੈਂ ਤੁਹਾਨੂੰ ਉਰੇ ਇੰਟਰਵਿਊ ਕਰ ਰਿਹਾ, ਤੁਹਾਨੂੰ ਇੰਨੀ ਵਧੀਆ ਸੀਟਾਂ ਦਿੱਤੀਆਂ, ਪੰਖਾ ਆਪਣਾ ਚੱਲ ਰਿਹਾ, ਲਾਈਟ ਆਪਣੇ ਚੱਲ ਰਹੀ, ਕੈਮਰਾ ਆਪਾਂ ਚਲਾਇਆ ਵਧੀਆ ਜਿਹਾ, ਤਾਂ ਤੁਸੀਂ ਮੈਨੂੰ ਲੜਨ ਤੇ ਕਿਉਂ ਪਏ ਹੋ? ਉਹ ਦੇਖੋ ਦੇਖੋ ਦੋਨੋਂ ਦੇਖੋ ਚਿੜੀ, ਇਹਨਾਂ ਦੀ ਨਾ ਲੜਾਈ ਪਾਉਣੀ ਪੈਣੀ ਆ, ਜ਼ਿਆਦਾ ਦੋਨੋਂ ਔਖੇ ਹੋ ਰਹੇ ਨਾ ਇੱਕ ਦੂਜੇ ਤੋਂ, ਲੜਾਈ ਪਵਾਵਾਂਗਾ ਮੈਂ, ਤਾਂ ਹੀ ਮੈਨੂੰ ਵੀ ਸਵਾਦ ਆਊਗਾ ਇੰਟਰਵਿਊ ਦਾ। ਕਰਨ ਔਜਲਾ ਬਾਈ ਇੱਕ ਵਾਰ ਧਿਆਨ ਨਾਲ ਦੇਖੋ, ਹੈਗਾ ਹੈਗੀ ਉੱਥੇ ਚਿੜੀ, ਉੱਥੇ ਉੱਪਰ ਦੇਖੋ ਸਿੱਧੂ ਬਾਈ, ਕਰਨ ਔਜਲਾ ਬਾਈ ਤੈਨੂੰ ਉਲਟਾ ਬੋਲ ਰਿਹਾ ਸੀਗਾ। ਕਰਨ ਔਜਲਾ ਬਾਈ ਬੋਲ ਰਿਹਾ, ਤੁਹਾਨੂੰ ਦੱਸੋ ਕਹਿੰਦੇ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ, ਲੜੋਗੇ ਕਰੋਗੇ ਉਹਨੂੰ ਮੁਕਾਬਲਾ? ਨਾ ਕਰਾਂ ਮੈਂ ਨਾ ਹੀ ਰਾਜੀ ਲੜ ਕੇ। ਲੋ ਬਾਈ ਡਰ ਗਏ, ਦੱਸੋ ਕਰੋ ਲੜਾਈ ਹੁਣ ਤੁਹਾਡੇ ਅੱਗੇ। ਤਾਂ ਕਰਨ ਔਜਲਾ ਬਾਈ ਨੇ ਵੀ ਅੱਜ ਹਾਰ ਮੰਨ ਲਈ, ਤੁਸੀਂ ਤਾਂ ਸੁਪਰ ਡੁਪਰ ਹੋ ਬਾਈ। ਹਵਾ ਵਿੱਚ ਉੱਡਦੇ ਲਫਾਫੇ ਫਿਰਦੇ ਇਕੱਠੇ ਕਰ ਫੁਕੜੇ ਆ ਯਾਰ ਨੇ। ਓ ਸਿੱਧੂ ਬਾਈ, ਕਰਨ ਔਜਲਾ ਬਾਈ ਨੇ ਤੁਹਾਨੂੰ ਜਵਾਬ, ਮੈਂ ਨਹੀਂ ਕਦੀ ਸੋਚਿਆ ਸੀਗਾ, ਮੈਂ ਕਦੀ ਸੋਚਿਆ ਹੀ ਨਹੀਂ ਸੀਗਾ, ਮੈਂ ਸੋਚਿਆ ਹੀ ਨਹੀਂ ਸੀਗਾ ਕਦੀ ਯਾਰ। ਲਾਈਨ ਬੀਫ ਜਿਹੜੇ ਕਰਦੇ ਉੱਚ ਮੇਰਾ ਬਾਲ ਵੀ ਨਹੀਂ ਪੱਟਦੇ। ਓ ਕਰਨ ਔਜਲਾ, ਹੈ ਸਿੱਧੂ ਬਾਈ ਕੀ ਕਹਿਣਾ, ਕਹਿੰਦੇ ਕੁਛ ਨਹੀਂ ਹੈ, 20 ਗਾਣੇ ਕੱਢੂ ਮੈਂ ਇਕੱਠੇ। ਤੁਸੀਂ ਲੋਕਾਂ ਨਾਲ 20 ਗਾਣੇ ਕੱਢਦੇ ਆ, ਤੁਹਾਡੇ 20ਾਂ ਦੇ ਬਰਾਬਰ ਮੇਰਾ ਇੱਕੋ ਏ। ਮੈਂ 2 ਮਿੰਟ ਨਾ ਇੱਥੇ ਵਾਸ਼ਰੂਮ ਹੈਗਾ, ਮੈਂ ਆਨਾ, ਮੇਰੇ ਹੀ ਨਾ ਕੰਮ ਹੋ ਜਾਏ, ਮੈਂ ਚਲੋ ਆਨਾ, ਤੁਸੀਂ ਲੜੋ ਉਸ ਤੱਕ। ਕਿੱਦਾਂ ਦੀ ਲੱਗੀ, ਜੇ ਵਧੀਆ ਲੱਗੀ ਜ਼ਰੂਰ ਲਾਈਕ ਕਮੈਂਟ ਕਰਨਾ, ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਮੈਂ ਉਹ ਕਮੈਂਟ ਇਗਨੋਰ ਕਰਨ ਲੱਗਾ, ਕਿਉਂਕਿ ਦੋਨੋਂ ਹੀ ਬਾਈ ਬਹੁਤ ਵਧੀਆ, ਤਾਂ ਬਸ ਜਸਟ ਥੋੜ੍ਹਾ ਐਂਟਰਟੇਨਮੈਂਟ ਹੋ ਜਾਏ, ਇਸ ਲਈ ਜੁਗਲਬੰਦੀ ਕਰਨੀ ਪੈਂਦੀ ਹੈ।
ਦੋਨੋਂ ਬਾਈ ਆਪਣੇ ਪਾਸੇ ਬਹੁਤ ਸਹੀ ਹੈ। ਮੈਂ ਚਾਹੁੰਦਾ ਇੱਕ ਦੋਨੋਂ ਇਕੱਠੇ ਗਾਣਾ ਕੱਢਣ, ਪੂਰੀ ਯੂਟਿਊਬ ਇੰਡਸਟਰੀ 'ਤੇ ਧਮਾਲ ਹੀ ਪੈ ਜਾਏਗਾ ਜੇ ਇਹ ਦੋਨਾਂ ਦਾ ਇਕੱਠਾ ਗਾਣਾ। ਅਤੇ ਜੇ ਤੁਸੀਂ ਕਮੈਂਟ ਨੀਚੇ ਕਰਨ ਲੱਗੇ ਹੋ ਵੀ ਯਾਰ ਤੂੰ ਲੜਾਈ ਪਵਾ ਲੜਾਈ ਪਰ, ਤਾਂ ਮੈਂ ਉਹ ਕਮੈਂਟ ਇਗਨੋਰ ਕਰਨ ਲੱਗਾ, ਇਸ ਤੋਂ ਵਧੀਆ ਤਾਂ ਨਾ ਹੀ ਕਰੋ। ਤਾਂ ਬਾਕੀ ਜੇ ਤੁਹਾਡੇ ਵਧੀਆ ਵਧੀਆ ਕਮੈਂਟ ਨੀਚੇ ਆਏ, ਜੇ ਮੈਂ ਹਰ ਵੀਡੀਓ 'ਚ ਐਸੇ ਦੋ ਜਾਂ ਫਿਰ ਤਿੰਨ ਕਮੈਂਟ ਲਾਂਗਾ ਜੋ ਮੈਨੂੰ ਬਹੁਤ ਅੱਛੇ ਲੱਗਦੇ ਆ, ਤਾਂ ਤੁਸੀਂ ਵਧੀਆ ਵਧੀਆ ਕਮੈਂਟ ਕਰੋ, ਐਵੇਂ ਦੇ ਕਮੈਂਟ ਮੈਂ ਪੜ੍ਹਨ ਨਹੀਂ ਲੱਗਾ। ਬਾਕੀ ਇਹ ਵੀਡੀਓ ਸਿਰਫ ਐਂਟਰਟੇਨਮੈਂਟ ਪਰਪਸ ਲਈ ਹੈ, ਕਰਨ ਔਜਲਾ ਬਾਈ ਅਤੇ ਸਿੱਧੂ ਬਾਈ ਦੋਨੋਂ ਬਹੁਤ ਵਧੀਆ ਕੰਮ ਕਰ ਰਹੇ ਆ, ਇੱਕ ਵਾਰ ਫਿਰ ਕਹਿ ਦਿੰਦਾ। ਅਤੇ ਬਾਕੀ ਲਾਈਕ ਕਰ ਦਿਉ ਯਾਰ ਜਲਦੀ ਜਲਦੀ, ਮਿਲਦੇ ਹਾਂ ਫਿਰ ਅਗਲੀ ਰੋਸਟ ਵੀਡੀਓ 'ਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਅਤੇ ਓਕੇ ਬਾਈ, ਫਿਰ ਚੰਗਾ।